ਸਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਪੋਰਟਸ ਕਲੱਬ ਜਿਹੜਾ ਕਿ ਅੱਜ ਤੋਂ 6 ਸਾਲ ਪਹਿਲਾਂ ਆਪਾਂ ਨੇ ਉਪਰਾਲਾ ਕੀਤਾ ਸੀਗਾ, ਜਿੱਦਾਂ ਕਿ ਰੈਗੂਲਰ 4 ਸਾਲ ਹੋ ਗਏ ਨੇ ਆਪਾਂ ਨੂੰ ਇੱਥੇ ਖੇਡ ਮੇਲਾ ਕਰਵਾਉਂਦੇ ਹੋਏ, ਅਤੇ ਇੱਥੇ ਲਗਭਗ ਆਪਾਂ ਉਸੇ ਗਰਾਊਂਡ ਦੇ ਵਿੱਚ ਖੇਡ ਮੇਲਾ ਵੀ ਕਰਵਾਉਂਦੇ ਹਾਂ ਅਤੇ ਖੂਨਦਾਨ ਕੈਂਪ ਆ ਜਿਹੜਾ ਥੈਲਾਸੀਮੀਆਂ ਦਾ ਅੱਜ ਲਗਵਾਇਆ ਗਿਆ ਹੈ ਜੀ। ਇਹਨੂੰ ਲਗਭਗ 4 ਸਾਲ ਹੋ ਗਏ ਨੇ ਜੀ। ਇਹ ਜਿਹੜੇ ਕਿ ਮਹੀਨੇ ਦੇ ਵਿੱਚ ਬੱਚਿਆਂ ਨੂੰ ਲਗਭਗ 2 ਵਾਰ ਦਿੱਤਾ ਜਾਂਦਾ ਜੀ, ਖੂਨ ਚੜਵਾਇਆ ਜਾਂਦਾ ਹੈ। ਅਤੇ ਕੱਲ੍ਹ ਨੂੰ 24 ਤਰੀਕ, ਜਿੱਦਾਂ ਕਿ 24 ਤਰੀਕ ਤੋਂ ਇੱਕ ਦਿਨ ਪਹਿਲਾਂ ਅਸੀਂ ਇਹ ਖੂਨਦਾਨ ਕੈਂਪ ਲਗਾਉਂਦੇ ਹਾਂ ਜੀ, ਅਤੇ ਕੱਲ੍ਹ ਨੂੰ ਸੁਖਮਨੀ ਸਾਹਿਬ ਦੇ ਪਾਠ ਵੀ ਕਰਵਾਏ ਜਾਣਗੇ ਜੀ, ਅਤੇ ਉਸ ਤੋਂ ਬਾਅਦ ਵਿੱਚ ਕੀਰਤਨ ਦੇ ਸੰਗਤ ਨੂੰ ਨਿਹਾਲ ਕਰਨਗੇ ਜੀ। ਇਸੜੂ ਤੋਂ ਜੱਥਾ ਹੈਗਾ ਜੀ ਸਾਡੇ ਕੋਲ, ਉਹ ਵੀ ਬਹੁਤ ਵਧੀਆ ਕੀਰਤਨ ਕਰਦੇ ਨੇ ਜੀ। ਅਤੇ ਬਾਕੀ ਸਾਡਾ ਇਹ ਕੋਸ਼ਿਸ਼ ਇਹੀ ਰਹਿੰਦੀ ਆ ਵੀ ਹਰ ਸਾਲ ਦੀ ਤਰ੍ਹਾਂ ਅਸੀਂ ਜ਼ਿਆਦਾ ਤੋਂ ਜ਼ਿਆਦਾ ਇੱਦਾਂ ਖੂਨਦਾਨ ਕੈਂਪ ਲਗਾ ਕੇ ਬੱਚਿਆਂ ਨੂੰ ਖੂਨਦਾਨ ਡੋਨੇਟ ਕਰੀਏ ਜੀ। ਇਹ ਸਾਡਾ 4th ਖੂਨਦਾਨ ਕੈਂਪ ਆ ਸਰ ਜੀ। ਬਹੁਤ ਸੋਹਣਾ ਸਹਿਯੋਗ ਮਿਲਦਾ ਜੀ ਪਿੰਡ ਦੇ ਵਿੱਚੋਂ ਵੀ, ਇਲਾਕੇ ਦੇ ਵਿੱਚੋਂ ਵੀ।